ਅਸਲਾਮ ਵਾਲੇਕੁਮ ਰੋਜੀ, ਤੁਸੀਂ ਤੇਰਾ ਪੰਜਾਬੀ ਚੈਨਲ ਹੈ। ਤੁਹਾਡੇ ਸਾਰਿਆਂ ਦਾ ਲਾਈਕ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ। ਜਿਹੜੇ ਜਿਹੜੇ ਸਬਸਕ੍ਰਾਈਬ ਨਹੀਂ ਨਾ ਕਰਦੇ ਪਏ, ਹਾਂ ਜਾਓ ਫਿਰ। ਬਾਬਾ ਜੀ ਨੇ ਕਹਿ ਦਿੱਤਾ ਕਿ ਮੇਰੇ ਵੱਲੋਂ ਬਦਵਾ ਕੇ ਉਹਨਾਂ ਨੂੰ ਮਾਈ ਚੁੱਕ ਲਾਈਏ ਤੰਦੂਰ ਵਾਲੀ। ਹਾਂ ਉਹ ਫਿਰ ਇਹਨਾਂ ਕੋਲ ਲਵਾਏ ਰੋਟੀਆਂ ਤੰਦੂਰ ਦੇ ਵਿੱਚ। ਹਾਂ ਫਿਰ ਇਹਨਾਂ ਨੂੰ ਲੱਗੇ ਸੇਕਾ, ਫਿਰ ਆਖਿਆ ਯਾਰ ਇਹਦੇ ਨਾਲ ਤਾਂ ਚੰਗਾ ਸੀ ਅਸੀਂ ਸਬਸਕ੍ਰਾਈਬ ਹੀ ਕਰ ਲੈਂਦੇ। ਹਾਂ ਲੱਗੀ ਸਮਝ। ਲਓ ਜੀ ਅੱਜ ਦਾ ਪ੍ਰੋਗਰਾਮ ਮਾਈ ਦੇ ਨਾਲ। ਹਾਂਜੀ ਮਾਈ ਤੰਦੂਰ ਵਾਲੀ, ਮਾਈ ਚਿੰਨ ਵਾਲੀ, ਟਿੱਕੀਆਂ ਵਾਲੀ, ਮਾਈ ਕਤਰੀ ਕਬਾਬਾਂ ਵਾਲੀ, ਹਾਂਜੀ ਮਾਈ ਗੈਰਜ ਵਾਲੀ, ਮਾਈ ਲਾਹੌਰ ਦਾ ਪਾਣੀ ਕੱਢਣ ਵਾਲੀ, ਹਾਂਜੀ ਹੋਰ ਮਾਈ ਬੇਸ਼ੁਮਾਰ, ਮਾਈ ਹਰ ਫਨ ਮੋਲਾ, ਮਾਈ ਹਰ ਕੰਮ ਕਰਦੀ ਹੈ, ਮਾਈ ਦੁੱਧ ਪਿਆਉਣ ਵਾਲੀ। ਹਾਂ ਬਾਬਾ ਜੀ ਕਹਿੰਦੇ ਨੇ ਕਿ ਦਾਈ ਦੁੱਧ ਪਿਆਉਣ ਵਾਲੀ। ਹਾਂ ਉਹ ਅੱਜ ਕੀ ਹੋਇਆ, ਹਾਂਜੀ ਅੱਜ ਬੜਾ ਗੇਮ ਬਣੀ ਜਨਾਬ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਮਾਈ ਜਿਹੜੀ ਹੈ, ਹਾਂ ਉਹਨੇ ਅੱਜ ਪਤਾ ਨਹੀਂ ਗਈ ਹੈ ਅਤੇ ਬੱਚਿਆਂ ਨੂੰ ਖਿਤਾਬ ਕੀਤਾ ਉਹਨੇ। ਬੱਚੇ ਅੱਗੇ ਬੈਠੇ ਸਨ ਇੰਤਜ਼ਾਰ ਵਿੱਚ ਕਿ ਮਾਈ ਆਏਗੀ ਅਤੇ ਮਾਈ ਦੁੱਧ ਪਿਆਏਗੀ। ਹਾਂ ਯਾਰ ਇਹਦੇ 'ਚ ਐਸੀ ਕੋਈ ਗੱਲ ਨਹੀਂ, ਮਾਈ ਨੇ ਆਪ ਐਲਾਨ ਕੀਤਾ ਸੀ ਕਿ ਬਈ ਇਹ ਜਿਸ ਤਰ੍ਹਾਂ ਹੀ ਛੁੱਟੀਆਂ ਖਤਮ ਹੋਣਗੀਆਂ ਬੱਚੇ ਸਕੂਲ ਵਾਪਸ ਆਉਣਗੇ ਅਤੇ ਬੱਚਿਆਂ ਨੂੰ ਮੈਂ ਆਪ ਦੁੱਧ ਪਿਆਵਾਂਗੀ। ਹਾਂ ਬੱਚੇ ਬੈਠੇ ਉਡੀਕਦੇ, ਔਰ ਜਿਵੇਂ ਹੀ ਮਾਈ ਆਈ ਹੈ ਸਕੂਲ ਵਿੱਚ, ਹਾਂ ਜਾਂ ਜਿੱਥੇ ਵੀ ਫੰਕਸ਼ਨ ਸੀ, ਉਹ ਬੱਚੇ ਖੁਸ਼ ਹੋ ਗਏ ਜਨਾਬ। ਉਹ ਕਹਿਣ ਲੱਗੇ ਲਓ ਜੀ ਹਾਂਜੀ ਅੱਜ ਦੁੱਧ ਪੀਆਂਗੇ। ਮਾਈ ਮਾਈ ਆਪ ਪਿਆਰੀ ਹੈ। ਹਾਂ ਓਕੇ ਸਮਝੇ, ਮਾਈ ਟਰੱਕ ਲਿਆਈ ਪਿੱਛੇ, ਹਾਂ ਦੁੱਧ ਦੇ ਡੱਬੇ ਪਏ ਨੇ ਵਿੱਚ। ਹਾਂ ਅਤੇ ਹਾਂ ਤੁਸੀਂ ਕੁਛ ਹੋਰ ਸਮਝੇ ਬੈਠੇ ਹੋ, ਨਹੀਂ ਉਹ ਕਹਿਣ ਲੱਗੇ ਕਿ ਮਾਈ ਆਈ ਹੈ, ਹਾਂ ਅਤੇ ਨਾਲ ਦੁੱਧ ਦੇ ਡੱਬੇ ਲਿਆਈ ਹੈ ਅਤੇ ਅੱਜ ਸਾਰਿਆਂ ਨੂੰ ਵੰਡੇਗੀ ਮਾਈ। ਅਤੇ ਮਾਈ ਉੱਥੇ ਆਈ ਅਤੇ ਮਾਈ ਨੇ ਆ ਕੇ ਕਹਿ ਦਿੱਤਾ ਕਿ ਜੀ ਇਹ ਜਿਹੜੀ ਬਿਜਲੀ ਦਾ ਰਿਲੀਫ ਨਹੀਂ ਮੈਂ ਦਿੱਤਾ, ਹਾਂ ਇਹ ਸ਼ੋਰਟ ਟਰਮ ਨਹੀਂ ਹੈਗਾ, ਇਹ 2 ਮਹੀਨੇ ਦਾ ਹੈ। ਉਹ ਸਾਰੇ ਹੁਣ ਕਹਿ ਰਹੇ ਨੇ ਯਾਰ ਕੀ ਬਕਵਾਸ ਹੈ, ਕੁਛ ਕਹਿ ਰਹੇ ਨੇ ਕਿ ਯਾਰ ਖਾਨ ਸਾਹਿਬ ਨੇ ਸਹੀ ਕਿਹਾ ਸੀ, ਇੱਕ ਤੋਂ ਇੱਕ ਜ਼ਿਆਦਾ ਪੜ੍ਹੇ ਲਿਖੇ ਨਹੀਂ ਗਏ, ਹਾਂ ਉੱਤੋਂ ਕੋਸ਼ਿਸ਼ ਵੀ ਨਹੀਂ ਕਰਦੇ ਵਗੈਰਾ। ਉਹ ਮਰੇ ਉਹ ਮਾਈ ਤੈਨੂੰ ਲਵੇ ਮੌਲਾ। ਹਾਂ ਇਹ ਨਿਊਜ਼ ਚੈਨਲ ਨਹੀਂ ਯਾਰ ਪਾਸੇ, ਹਾਂ ਜੀਓ ਨਿਊਜ਼ ਵੀ ਇਹੀ ਦੇ ਰਿਹਾ, ਨੀਲਾ ਪੀਲਾ ਚੈਨਲ ਵੀ ਇਹੀ ਨਿਊਜ਼, ਹਰ ਚੈਨਲ ਦੇ ਰਿਹਾ ਕਰੀਏ। ਮਾਈ ਕਹਿ ਰਹੀ ਹੈ ਸ਼ੋਰਟ ਟਰਮ ਨਹੀਂ ਹੈ, ਹਾਂ 2 ਮਹੀਨੇ ਦਾ। ਹੁਣ ਇਹ ਬੜੀ ਗੰਭੀਰ ਜੀ ਗੱਲ ਹੈ, ਬਾਬਾ ਜੀ ਕੋਲ ਮੈਂ ਪੁੱਛਿਆ, ਮੈਂ ਕਿਹਾ ਬਾਬਾ ਜੀ ਕੀ ਗੱਲ ਚੱਕਰ ਹੈ। ਹਾਂ ਬਾਬਾ ਜੀ ਕਹਿੰਦੇ ਤੂੰ ਇਹ ਛੱਡ, ਤੂੰ ਪਹਿਲੇ ਇਹ ਦੱਸ ਮਾਈ ਨੇ ਦੁੱਧ ਪਿਆ ਕਿ ਨਹੀਂ। ਮੈਂ ਕਿਹਾ ਬਾਬਾ ਜੀ ਤੁਸੀਂ ਕਿਆ ਪੁੱਛ ਰਹੇ, ਬਾਬਾ ਜੀ ਕਹਿੰਦੀ ਕਿ ਅਗਰ ਵੀ ਦੁੱਧ ਪਿਆਰੀ ਹੈ ਬਾਈ, ਹਾਂ ਮੈਂ ਵੀ ਜਾ ਕੇ ਪੀਆ ਵਾਂ। ਮੈਂ ਬਾਬਾ ਜੀ ਉਹ ਬੁੱਢਿਆਂ ਵਾਸਤੇ ਨਹੀਂ ਗਾ, ਹਾਂ ਉਹ ਬੱਚਿਆਂ ਵਾਸਤੇ ਉਹਨੇ ਐਲਾਨ ਕੀਤਾ ਸੀ ਕਿ ਮੈਂ ਦੁੱਧ ਪਿਆਵਾਂ। ਬਾਬਾ ਜੀ ਕਹਿੰਦੇ ਯਾਰ ਬੱਚਾ ਬੁੱਢਾ ਇੱਕ ਬਰਾਬਰ, ਹਾਂ ਸੁਣੀ ਨਹੀਂ ਤੂੰ ਕਹਾਵਤ। ਮੈਂ ਕਿਹਾ ਹਾਂ ਗੱਲ ਤਾਂ ਸਾਡੀ ਠੀਕ ਹੈ, ਬੱਚਾ ਬੁੱਢਾ ਇੱਕ ਬਰਾਬਰ, ਹਾਂ ਲੇਕਿਨ ਉਹ ਮਸਲਾ ਇਹ ਹੋਇਆ ਕਿ ਉਹ ਨਹੀਂ ਦੁੱਧ ਨਹੀਂ ਪਿਆਇਆ ਉਹਨੇ ਮਾਈ ਨੇ, ਹਾਂ ਕੋਈ ਨਹੀਂ ਲੈ ਕੇ ਆਈ ਨਾਲ, ਟਰੱਕ ਲੈ ਕੇ ਆਈ ਹੈ, ਨਾ ਕਿ ਉਹਨੇ ਕੋਈ ਬਜਟ ਮੁਖਤਸਿਸ ਕੀਤਾ। ਹਾਂ ਬਾਬਾ ਜੀ ਕਹਿੰਦੇ ਬਈ ਅਗਰ ਮਾਈ ਨਹੀਂ ਪਿਆ ਰਹੀ ਤਾਂ ਫਿਰ ਉਹਨੂੰ ਡੱਡੂ ਨੂੰ ਕੋਈ ਪਿਆ ਦੇਵੇ। ਬਾਬਾ ਜੀ ਕਹਿੰਦੇ ਮੈਂ ਤੇ ਹਾਂ ਮੈਂ ਤੇ ਪਿਆਰ ਹਾਂ ਬਾਬਾ ਜੀ, ਹਾਂ ਹੌਸਲਾ ਕਰੋ ਤੁਸੀਂ ਜਿਹੜਾ ਮੁਫਤ ਦਾ ਦੁੱਧ ਪੀਣਾ ਨਾ, ਹਾਂ ਉਹ ਹੈ ਮੁਫਤ ਵਾਲੀ ਨਾ ਲਾਓ, ਪੈਸੇ ਦਿਓ ਅਤੇ ਜਾ ਕੇ ਟੈਕਸ ਵੀ ਦਿਓ ਅਤੇ ਡੱਬੇ ਦਾ ਲਿਆ ਕੇ ਪੀਓ। ਹਾਂ ਬਾਬਾ ਜੀ ਸੁਣਦੇ ਅਤੇ ਉਹਨੇ ਕਿਹੜਾ ਦੇਣਾ ਸੀ, ਮੈਂ ਕਿਹਾ ਬਾਬਾ ਜੀ ਉਹ ਗਵਾਲਿਆਂ ਦਾ, ਹਾਂ ਮੱਝਾਂ ਗਾਵਾਂ ਦਾ ਵੱਡੇ ਜਿਹਦੇ 'ਚ ਪਾਣੀ ਮਿਕਸ ਹੁੰਦਾ, ਹਾਂ ਉਹ ਵੀ ਛੱਪੜ ਦਾ ਪਾਣੀ, ਉਹ ਵਾਲਾ ਦੁੱਧ ਉਹਨੇ ਪਿਆਉਣਾ। ਬਾਬਾ ਜੀ ਹਰਮਾਨਦੇ ਨੇ ਕਿ ਅੱਛਾ ਚਲੋ ਬਈ ਇਹ ਜਿਹੜੀ ਮਾਈ ਨੇ ਗੱਲ ਕੀਤੀ ਹੈ ਨਾ ਸ਼ੋਰਟ ਟਰਮ ਵਾਲੀ, ਮੈਂ ਕਿਹਾ ਹਾਂਜੀ ਇਹ ਸਾਰੇ ਇਹੀ ਇਹਦੇ 'ਚ ਗੱਲ ਕਰ ਰਹੇ ਨੇ। ਬਾਬਾ ਜੀ ਹਰਮਾਨਦੇ ਨੇ ਬਈ ਉਹ ਮਾਈ ਸਹੀ ਕਹਿ ਰਹੀ ਹੈ। ਮੈਂ ਕਿਹਾ ਬਾਬਾ ਜੀ ਤੁਸੀਂ ਬਹੁਤ ਬੰਦੇ ਹੋ ਜਿਹੜੇ ਕਹਿ ਰਹੇ ਕਿ ਮਾਈ ਠੀਕ ਕਹਿ ਰਹੀ ਹੈ, ਹਰ ਬੰਦਾ ਕਹਿ ਰਿਹਾ ਕਿ ਬਈ ਇਹਨੂੰ ਸ਼ਰਮ ਆਉਣੀ ਚਾਹੀਦੀ ਹੈ ਮਾਈ ਨੂੰ, ਮਤਲਬ ਇੰਨੀ ਇਹਦੀ ਅਕਲ ਘਾਹ ਚਰਨ ਚਲੀ ਗਈ ਹੈ
ਬਿਲਕੁਲ ਪਹਿਲੇ ਨਹੀਂ ਸੀ, ਜਿਹੜੀ ਥੋੜ੍ਹੀ ਬਹੁਤ ਸੀ ਉਹ ਵੀ ਰੁਖਸਤ ਹੋ ਗਈ। ਹਾਂ ਕਿ ਭਾਈ ਉਹ 2 ਮਹੀਨੇ ਸ਼ੋਰਟ ਟਰਮ ਹੀ ਹੁੰਦਾ, ਹੋਰ ਉਹਨੂੰ ਕੀ ਕਹਿੰਦੇ ਨੇ? ਕਹਿੰਦੀ ਨਹੀਂ ਜੀ ਸ਼ੋਰਟ ਟਰਮ ਨਹੀਂ ਹੈ, 2 ਮਹੀਨੇ ਦੀ ਹੈ। ਬਾਬਾ ਜੀ ਮੈਂ ਨਹੀਂ ਨਹੀਂ ਉਹਨੇ ਠੀਕ ਕਿਹਾ, ਹਾਂ ਉਹਦੇ ਜ਼ਿਹਨ 'ਚ ਸ਼ੋਰਟ ਦਾ ਮਤਲਬ ਕੁਛ ਹੋਰ ਹੈ। ਹਾਏ ਰੱਬਾ, ਮੈਂ ਕਿਹਾ ਬਾਬਾ ਜੀ ਕਿੱਧਰ ਲੈ ਜਾਂਦੇ ਗੱਲ। ਬਾਬਾ ਜੀ ਮੈਂ ਤਾਂ ਹੀ ਤਾਂ ਉਹਨੇ ਕਿਹਾ ਉਹ ਸ਼ੋਰਟ ਸਮਝਦੀ ਹੈ। ਹਾਂ ਮੇਰਾ ਮਤਲਬ ਹਾਂ ਕੋਈ ਪੀਣ ਵਾਲਾ ਸ਼ੋਰਟ ਹੋ ਗਿਆ ਜਾਂ ਕੋਈ ਕ੍ਰਿਕਟ ਦਾ ਸ਼ੋਟ ਹੋ ਗਿਆ। ਹਾਂ ਮੈਂ ਕਿਹਾ ਹਾਂ ਬਾਬਾ ਜੀ ਇਹ ਵੀ ਗੱਲ ਠੀਕ, ਕ੍ਰਿਕਟ ਦਾ ਸ਼ੋਟ ਉਹਨੂੰ ਸ਼ਾਇਦ ਕ੍ਰਿਕਟ ਦਾ ਸ਼ੁਰੂ ਤੋਂ ਸ਼ੌਕ ਹੈ। ਹਾਂ ਇਮਰਾਨ ਖਾਨ ਨੇ ਬਹੁਤ ਪਸੰਦ ਕਰਦੀ ਹੈ, ਦੱਸਦੀ ਨਹੀਂ ਹਾਂ ਕਿਉਂਕਿ ਫਰਕ ਹੋ ਜਾਏਗੀ। ਮੇਰਾ ਮਤਲਬ ਹੈ ਕਿ ਫਾਰਮ ਸੰਤਾਲੀ ਹੈ, ਹਾਂ ਅਤੇ ਉਹ ਉਸ ਸ਼ੋਟ ਦਾ ਗੱਲ ਕਰ ਰਹੀ ਹੋਣੀ ਹੈ। ਹਾਂ ਬਾਬਾ ਜੀ ਮੰਨਦੇ ਹਾਂ ਜਾਂ ਫਿਰ ਉਹ ਇਲੈਕਟ੍ਰਿਕ ਸ਼ੋਟ ਦੀ ਵੀ ਗੱਲ ਕਰ ਰਹੀ ਹੋਣੀ ਹੈ। ਮੈਂ ਕਿਹਾ ਹਾਂ ਇਹ ਵੀ ਹੋ ਸਕਦਾ। ਬਾਬਾ ਜੀ ਮੰਨਦੇ ਇੱਕ ਹੋਰ ਸ਼ੋਟ ਹੁੰਦਾ ਹੈ ਜਿਹੜਾ ਹੈ ਉਹਦੀ ਵੀ ਗੱਲ ਕਰ ਰਹੀ ਹੋਣੀ। ਮੈਂ ਕਿਹਾ ਬਾਬਾ ਜੀ ਉਹ ਕਿਹੜਾ ਸ਼ੋਟ ਹੁੰਦਾ? ਬਾਬਾ ਜੀ ਕਹਿੰਦੇ ਉਹ ਦੱਸਣ ਵਾਲਾ ਨਹੀਂ ਗਾ। ਮੈਂ ਕਿਹਾ ਬਸ ਫਿਰ ਉਸੇ ਸ਼ੋਟ ਦੀ ਗੱਲ ਕਰ ਰਹੀ ਹੋਣੀ। ਹਾਂਜੀ ਉਹ ਤਾਂ ਕਹਿੰਦੀ ਹੈ ਕਿ ਵੀ ਸ਼ੋਰਟ ਟਰਮ ਨਹੀਂ, ਹਾਂ ਲੌਂਗ ਟਰਮ ਕੰਮ ਆ ਪ੍ਰੋਗਰਾਮ ਜਿਹੜਾ ਨਾ ਬਣਿਆ ਪਿਆ। ਔਰ ਦੂਜੀ ਗੱਲ ਜਿਹੜੀ ਮਾਈ ਨੇ ਕੀਤੀ ਬੱਚਿਆਂ ਨਾਲ, ਉਹ ਤੁਸੀਂ ਆਪ ਸੁਣ ਲਓ ਕੀ ਕਹਿ ਰਹੀ ਮਾਈ। ਔਰ ਆਪ ਯਕੀਨ ਕਰੋ ਬੱਚੋ, ਮੈਂ ਆਪਸੇ ਬਾਤ ਕਰੀ, ਮੇਰੀ ਤਰਫ ਦੇਖੋ, ਮੈਂ ਜੇਲ੍ਹ ਮੇ ਵੀ ਗਈ ਹੂੰ, ਮੈਨੇ ਮੁਕਦਮਾਤ ਵੀ ਭੁਗਤੇ ਹੈ, 6-7 ਸਾਲ, ਮੇਰੀ ਆਂਖ ਮੇ ਆਂਸੂ ਨਹੀਂ ਆਇਆ। ਅਬ ਜਬ ਮੈਂ ਆਪਕੀ ਇਹ ਜੋ ਇਮੋਸ਼ਨਲ ਮੂਮੈਂਟਸ ਹੋਤੇ ਹੈ ਜਿਸਮੇ ਮੈਂ ਆਪਕੋ ਆਗੇ ਬੜਤਾ ਦੇਖਤੇ ਰੱਖ ਮਾਈ। ਹਾਂ ਮਾਈ ਕਹਿੰਦੀ ਹੈ ਮੈਂ ਐਵੇਂ ਨਹੀਂ ਰੋਂਦੀ, ਮੈਂ ਬੜੀ ਜਿਹੜੀ ਨਾ ਦਲੇਰ ਹਾਂ, ਪਤਾ ਨਹੀਂ ਇਹਦਾ ਕੀ ਮਤਲਬ ਹੈ। ਹਾਂ ਮਾਈ ਕਹਿੰਦੀ ਮੈਨੂੰ ਨਹੀਂ ਕੋਈ ਰਵਾ ਸਕਦਾ। ਹਾਂ ਬਾਬਾ ਜੀ ਕਹਿੰਦੇ ਠੀਕ ਹੈ। ਮੈਂ ਕਿਹਾ ਯਾਰ ਹਰ ਚੀਜ਼ ਨੂੰ ਬਾਬਾ ਜੀ 'ਤੇ ਪਾਣੀ ਪੈਂਦੀ ਹੈ, ਪਤਾ ਹਾਂ ਇਸ ਕਿਸਮ ਦੇ ਜਵਾਬ ਬਾਬਾ ਜੀ ਦਿੰਦੇ ਨੇ, ਮੈਂ ਨਹੀਂ ਦੇ ਸਕਦਾ ਭਾਈ। ਹਾਂ ਦਰੋਗ ਪਰ ਗਰਦਨੇ ਬਾਬਾ ਜੀ। ਹਾਂ ਬਾਬਾ ਜੀ ਫਰਮਾਉਂਦੇ ਨੇ ਕਿ ਬਈ ਉਹ ਵੀ ਠੀਕ ਕਹਿ ਰਹੀ ਹੈ, ਹਾਂ ਇਹਨੂੰ ਅੱਜ ਤੱਕ ਕੋਈ ਨਹੀਂ ਰਵਾ ਸਕਦਾ। ਬਾਬਾ ਜੀ ਕਹਿੰਦੇ ਬੜੇ ਬੜੇ ਲੋਕਾਂ ਨੇ ਕੋਸ਼ਿਸ਼ ਕਰਕੇ ਦੇਖ ਲਈ। ਹਾਂ ਨਹੀਂ ਬਾਬੇ ਸਮਝਦੇ ਮੈਂ ਕਿਹਾ ਕਿਹੜੇ ਲੋਕਾਂ ਨੇ ਕੋਸ਼ਿਸ਼ ਕੀਤੀ, ਮੈਂ ਤਾਂ ਨਹੀਂ ਕਦੀ ਦੇਖਿਆ ਕਿਸੇ ਨੇ ਕੋਸ਼ਿਸ਼ ਕੀਤੀ ਹੋਈ। ਉਹ ਜਿਹੜੀ ਜੇਲ੍ਹ ਗਈ ਸੀ, ਹਾਂ ਉਹ ਜਿਹੜੀ ਕਹਿੰਦੀ ਮੈਂ ਜੇਲ੍ਹ ਗਈ ਹਾਂ, ਜੇਲ੍ਹ ਦੇ ਵਿੱਚ ਮੈਂ ਫਰਾਈ ਪੈਨ ਨਾਲ ਜਿਹੜੇ ਕੱਪੜੇ ਇਸਤਰੀ ਕਰਦੀ ਰਹੀ, ਅੰਦਾਜ਼ਾ ਕਰੋ ਕਿ ਕੱਪੜੇ ਇਹਨੂੰ ਮਯਸਰ ਸੀਗੇ। ਹਾਂ ਜੇਲ੍ਹ ਦੀ ਚੱਕੀ ਦੇ ਵਿੱਚ ਤਾਂ ਫਰਾਈ ਪੈਨ ਵੀ ਮਯਸਰ ਸੀ ਜਿਹਦੇ 'ਚ ਆਮਲੇਟ ਬਣਾਉਂਦੀ ਸੀ। ਹਾਂ ਅੰਡੇ ਪਤਾ ਨਹੀਂ ਕਿਹਦੇ ਇਸਤੇਮਾਲ ਕਰਦੇ ਹੋਣੀ ਆਮਲੇਟ ਬਣਾਉਣ ਲੱਗੇ। ਬਾਬਾ ਜੀ ਕਹਿੰਦੇ ਅੰਡੇ ਉਹਦੇ ਡੱਡੂ ਦੇ। ਬਾਬਾ ਜੀ ਯਾਰ ਖੁਦਾ ਦਾ ਨਾਂ ਲਵੋ ਯਾਰ, ਡੱਡੂ ਦੇ ਅੰਡੇ ਕਿੱਥੋਂ ਆ ਗਏ? ਬਾਬੇ ਕਹਿੰਦੇ ਹਾਂ ਡੱਡੂ ਅੰਡੇ ਦਿੰਦਾ। ਮੈਂ ਕਹਿੰਦਾ ਡੱਡੂ ਬੱਚੇ ਨਹੀਂ ਦਿੰਦਾ। ਬਾਬੇ ਕਹਿੰਦੇ ਨਹੀਂ ਨਹੀਂ ਉਹ ਬਾਕੀ ਉਹ ਜਿਹੜੀ ਉੱਤੋਂ ਵਾਰ ਕੇ ਨਹੀਂ ਛੁੱਟੀ ਦਾ ਕੰਮ, ਉਹ ਡੱਡੂ ਉੱਤੋਂ ਵਾਰ ਕੇ ਸੁੱਟਦਾ ਜਿਹੜਾ ਅੰਡੇ, ਹਾਂ ਉਹੀ ਅੰਡਿਆਂ ਦਾ ਉਹ ਆਮਲੇਟ ਬਣਾਉਂਦੀ ਹੈ। ਹਾਂ ਵੈਸੇ ਡੱਡੂ ਜਿਹੜਾ ਨਾ ਸਹੀ ਡੱਡੂ, ਹਾਂ ਉਹ ਅੰਡੇ ਹੀ ਦਿੰਦਾ, ਬੱਚੇ ਹੀ ਦਿੰਦਾ। ਮੈਂ ਕੀ ਯਾਰ ਤੁਹਾਡੇ ਦੇ ਕਿਤੇ ਹੋਵੇ ਪਤਾ ਨਹੀਂ ਯਾਰ, ਡੱਡੂ ਵਾਕਈ ਜਿਹੜਾ ਨਾ ਵੱਜਣੇ ਨਹੀਂ, ਡੱਡੂ ਅੰਡੇ ਦਿੰਦਾ। ਉਹ ਬਾਬਾ ਜੀ ਠੀਕ ਕਹਿ ਰਹੇ ਨੇ, ਹਾਂ ਅਤੇ ਉਹਦੇ ਅੰਡੇ ਜਿਹੜਾ ਨਾ ਉਹ ਫਰਾਈ ਪੈਨ 'ਚ ਉਬਾਲ ਕੇ ਜਿਹੜਾ ਨਾ ਉਬਾਲ ਕੇ, ਮੇਰਾ ਮਤਲਬ ਹੈ ਕਿ ਬਣਾ ਬਣੂ ਕੇ ਜਿਹੜਾ ਖਾਂਦੀ ਰਹੀ। ਹਾਂ ਇੰਨੀਆਂ ਫੈਸਿਲਿਟੀਆਂ ਮਿਲੀਆਂ, ਹਾਂ ਇੰਨਾ ਕੁਛ ਰਿਹਾ, ਲੇਕਿਨ ਬਾਹਰ ਆ ਕੇ ਦੱਸ ਜੋ ਕਮਰਾ ਵੇਖਿਆ ਸੀ ਇਹਦਾ, ਐਡਾ ਵੱਡਾ ਕਮਰਾ, ਹਾਂ ਨਾਲ ਇਹਦੇ ਜਿਹੜਾ ਨਾ ਉਹ ਫੋਨ ਵੀ ਇਹਨੂੰ ਮਯਸਰ ਸੀ, ਸਹੂਲਤਾਂ ਇਹਨੂੰ ਮਯਸਰ ਸੀ, ਹਾਂ ਹੋਰ ਪਤਾ ਨਹੀਂ ਕੀ ਕੀ ਸਹੂਲਤਾਂ ਮਯਸਰ ਸੀ ਜਿਹੜੀਆਂ ਦੱਸੀਆਂ ਨਹੀਂ ਜਾ ਸਕਦੀਆਂ, ਬਾਬਾ ਜੀ ਫਰਮਾਉਂਦੇ ਨੇ। ਮੈਂ ਕਿਹਾ ਬਾਬਾ ਜੀ ਕੀ ਮਤਲਬ? ਬਾਬੇ ਰਹਿੰਦੇ ਖਾਸ ਮਹਿਮਾਨ ਵੀ ਆਉਂਦੇ ਸੀ ਮੇਰੇ ਨਾਸਤੇ, ਹਾਂ ਅਤੇ ਮੈਂ ਕਿਹਾ ਬਾਬਾ ਜੀ ਉਹ ਕਤਲ ਤੋਂ ਆਉਂਦੇ ਸੀ? ਬਾਬੇ ਕਹਿੰਦੇ ਨਹੀਂ ਹੈ,
ਕਤਲ ਤੋਂ ਇੱਥੇ ਕਿੱਥੋਂ ਆਉਣਾ, ਉਹ ਕੋਈ ਜਗ੍ਹਾ ਕਤਲ 'ਚ? ਬਾਬੇ ਕਹਿੰਦੇ ਉਹ ਪਿੰਡੀ ਤੋਂ ਆਉਂਦੇ ਸੀ, ਬੂਟ ਬੂਟ ਪਾਲਿਸ਼ ਕਰਾ ਕੇ ਲੈ ਜਾਂਦੇ ਸੀ। ਹਾਂ, ਮੈਨੂੰ ਉਹਨਾਂ ਹੀ ਪਤਾ ਸੀ ਕਿ ਮਾਈ ਕਮਾਲ ਦੇ ਲੈਵਲ ਦੇ ਬੂਟ ਪਾਲਿਸ਼ ਕਰਦੀ ਆ। ਹਾਂ, ਬਸ ਚਮਕਾ ਦਿੰਦੀ ਸਾਰੀ ਰਾਤ ਜਿਹੜੀ ਨੇ ਲੱਗੀ ਰਹਿੰਦੀ ਸੀ, ਚਮਕਾ ਕੇ ਬੂਟ ਜਿਹੜੇ ਨਾ ਉਹ ਭੇਜਦੀ ਸੀ। ਉਹ ਖੁਸ਼ ਹੋ ਗਏ, ਕਹਿੰਦੇ ਲੈ ਵੀ ਮਾਈ ਬੜੀ ਕਮਾਲ ਆ, ਅੱਜ ਤੋਂ ਬਾਅਦ ਸਾਰੇ ਉਹ ਟਰੱਕ ਭਰ ਕੇ ਭੇਜਦੇ ਸੀ ਬੂਟਾਂ ਦਾ। ਹਾਂ, ਮਾਈ ਪਾਲਿਸ਼ ਪੁਲਿਸ਼ ਕਰ ਦਿੰਦੀ ਸੀ। ਮੈਂ ਕਿਹਾ ਬਾਬਾ ਜੀ ਅਸਲ ਗੱਲ ਤੋਂ ਹਟ ਗਏ। ਹਾਂ, ਉਹ ਅਸਲ ਗੱਲ ਇਹ ਸੀ ਜਨਾਬ ਕਿ ਮਾਈ ਰੋਈ ਨਹੀਂ। ਹਾਂ, ਮਾਈ ਕਹਿੰਦੀ ਮੈਂ ਇੰਨੀਆਂ ਮੁਸੀਬਤਾਂ ਇੰਨੀਆਂ ਮੁਸ਼ਕਤਾਂ ਦੇ ਬਾਅਦ ਵੀ ਰੋਈ ਨਹੀਂ, ਮੈਨੂੰ ਕੋਈ ਨਹੀਂ ਰੁਆ ਸਕਿਆ। ਅਤੇ ਮੈਂ ਕਿਹਾ ਬਾਬਾ ਜੀ ਇਸ ਬਾਰੇ ਤੁਸੀਂ ਕੀ ਕਹਿੰਦੇ ਹੋ? ਉਹ ਗੱਲ ਠੀਕ ਆ? ਬਾਬੇ ਕਹਿੰਦੇ ਗੱਲ ਬਿਲਕੁਲ ਠੀਕ ਆ। ਹਾਂ, ਮਾਈ ਨੇ ਯਕੀਨ ਕਰੋ ਕਿ ਆਮ ਕੋਈ ਬੰਦਾ ਜਿਹੜਾ ਨਾ, ਹਾਂ ਮੈਂ ਮਤਲਬ ਕਿ ਬੰਦੀ ਚੀਖਾਂ ਨਿਕਲ ਜਾਣ ਦੀਆਂ, ਮਾਈ ਖੁੱਲ੍ਹਾ ਖਾਤਾ ਬਾਬਾ ਜੀ ਕਹਿੰਦੇ, ਕੋਈ ਅਸਰ ਨਹੀਂ ਹੁੰਦਾ। ਹਾਂ, ਬਾਬਾ ਜੀ ਕਹਿੰਦੇ ਪਤਾ ਕੀ ਹੈ, ਇਨਸਾਨ ਦੇ ਜਿਹੜਾ ਇਨਸਾਨ ਹੈ ਨਾ, ਇਨਸਾਨ ਦੇ ਅੰਦਰ ਅਹਿਸਾਸ ਹੁੰਦਾ ਵਾ। ਹਾਂ, ਉਹ ਅਹਿਸਾਸ ਹੁੰਦਾ ਵਾ ਦੂਸਰੇ ਲੋਕਾਂ ਦਾ, ਗਰੀਬਾਂ ਦਾ, ਕੌਮ ਦਾ ਅਹਿਸਾਸ ਹੁੰਦਾ ਵਾ, ਜਿਹੜੇ ਆਪਣੇ ਇਰਦ ਗਿਰਦ ਜਿਹੜੇ ਵਿਚਾਰੇ ਲੋਕ ਆ ਉਹਨਾਂ ਦਾ ਅਹਿਸਾਸ ਹੁੰਦਾ। ਜਦੋਂ ਬੰਦੇ ਦੇ ਦਿਲ 'ਚ ਅਹਿਸਾਸ ਹੀ ਨਾ ਹੋਵੇ, ਹਾਂ ਫਿਰ ਉਹਨੇ ਕਿੱਥੇ ਰੋਣਾ? ਹਾਂ, ਉਹਦਾ ਉਹ ਤਾਂ ਜ਼ਾਲਮ ਜਿਹੜਾ, ਜ਼ਾਲਮ ਹੀ ਕਦੀ ਰੋਂਦਾ ਬਾਬਾ ਜੀ ਕਹਿੰਦੇ, ਕੋਈ ਨਹੀਂ। ਹਾਂ, ਇੱਕ ਹੁੰਦਾ ਸਬਰ ਕਰਨ ਵਾਲਾ, ਉਹ ਹੋਰ ਹੁੰਦਾ ਬਾਬਾ ਜੀ ਕਹਿੰਦੇ। ਇੱਕ ਹੁੰਦਾ ਇਹ ਬਦਲਾ ਲੈਣ ਵਾਲੇ, ਇਹ ਮਾਰਨ ਵਾਲੇ, ਇਹ ਜ਼ੁਲਮ ਕਰਨ ਵਾਲੇ, ਇਹ ਲੋਕਾਂ ਦੇ ਬਿਜਲੀ ਦੇ ਬਿੱਲ ਵਧਾਉਣ ਵਾਲੇ, ਮਹਿੰਗਾਈ ਕਰਨ ਕੇ ਆ ਜਿਹੜਾ ਨਾ ਆਟਾ ਦਾਲ ਚੀਨੀ ਹਰ ਚੀਜ਼ ਮਹਿੰਗੀ ਕਰਤੀ, ਲੋਕ ਖੁਦਕੁਸ਼ੀਆਂ ਕਰ ਰਹੇ ਆ। ਹਾਂ, ਇਹਨਾਂ ਇਹਨੂੰ ਕੋਈ ਅਹਿਸਾਸ ਨਹੀਂ ਬਈ, ਇਹ ਅਹਿਸਾਸ ਹੋਵੇ ਇਹਨੂੰ ਤਾਂ ਇਹ ਰੋ ਰੋ ਮਰ ਜਾਵੇ ਕਿ ਬਈ ਇਹ ਕੀ ਜ਼ੁਲਮ ਕਰ ਰਹੇ ਤੁਸੀਂ ਲੋਕਾਂ 'ਤੇ, ਅਸੀਂ ਕੀ ਕਰ ਰਹੇ ਹਾਂ। ਲੇਕਿਨ ਇਹ ਆਪ ਕਰਨ ਵਾਲੀ ਆ, ਕੋਈ ਅਹਿਸਾਸ ਨਹੀਂ ਇਹਨੂੰ, ਬਸ ਇਹ ਹਿਸਾਬ ਕਿਤਾਬ ਆ ਸਾਰਾ। ਬਾਬਾ ਜੀ ਕਹਿੰਦੇ ਤਾਂ ਇਹਨੂੰ ਰੋਣਾ ਨਹੀਂ ਆਉਂਦਾ ਕਿਉਂਕਿ ਇਹਦੇ ਦਿਲ 'ਚ ਅਹਿਸਾਸ ਹੀ ਨਹੀਂ ਹੈ। ਮੈਂ ਕਿਹਾ ਬਾਬਾ ਜੀ ਇਹਦੇ ਦਿਲ 'ਚ ਅਹਿਸਾਸ ਨਹੀਂ ਹੈ ਤਾਂ ਕਿਹਦੇ ਦਿਲ 'ਚ ਅਹਿਸਾਸ ਹੈ ਫਿਰ? ਬਾਬਾ ਜੀ ਕਹਿੰਦੇ ਕਿਹਦੇ ਦਿਲ 'ਚ ਹੋ ਸਕਦਾ? ਡੱਡੂ ਦੇ। ਮੈਂ ਬਾਬਾ ਜੀ ਡੱਡੂ ਦੇ ਦਿਲ 'ਚ ਕੀ ਅਹਿਸਾਸ? ਬਾਬਾ ਜੀ ਕਹਿੰਦੇ ਉਹਦੇ ਦਿਲ 'ਚ ਅਹਿਸਾਸ ਆ, ਹਾਂ ਡਿਪਟੀ ਦਾ। ਹਾਂ, ਡਿਪਟੀ ਹੋਈ ਜਿਹਨੇ ਕਿਹਾ ਸੀ ਸਟਾਕ ਮਾਰਕੀਟ ਉੱਤੇ ਰੁਪਈਆ ਮਿਸਟੇਕ, ਡਿਪਟੀ ਆ ਲਿਆ ਡਾਲਾ ਲੱਗੀ ਸਮਝ।